ਜੌਂ ਤੇ ਸਾਂਝੀ ਵਧਾਉਣ ਲੱਗੇ ਆ ਟੋਬੇ 'ਚ। ਹੈਲੋ ਦੋਸਤੋ, ਕਿੱਦਾਂ ਹੋ ਸਾਰੇ? ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਅੱਜ ਜਾ ਰਹੇ ਆਪਾਂ ਛੋਟੇ ਜਿਹੇ ਟੂਰ ਲਈ। ਜ਼ਿਆਦਾ ਦੂਰ ਨਹੀਂ ਜਾ ਰਹੇ, ਕੋਈ ਲਾ ਲਓ ਆਪਣਾ ਹਿਸਾਬ ਕਿਤਾਬ ਕਿ 10-15 ਕਿਲੋਮੀਟਰ ਦੂਰ ਜਾ ਰਹੇ ਹਾਂ ਬਸ। ਅਤੇ ਅੱਜ ਦੁਸਹਿਰੇ ਦਾ ਦਿਨ ਵੀ ਹੈ ਅਤੇ ਸਾਰਿਆਂ ਨੂੰ ਹੈਪੀ ਦੁਸਹਿਰਾ। ਅਤੇ ਇੱਧਰ ਆਪਣੀ ਮਰਿੰਡੇ ਦੀ ਮਿੱਲ ਅਤੇ ਨਾਲ ਬਣਿਆ ਇਹ ਪਾਵਰ ਪਲਾਂਟ, ਜੋ ਕਿ ਕਦੇ ਵਰਤਿਆ ਹੀ ਨਹੀਂ ਗਿਆ, ਟੋਟਲ ਪੈਸੇ ਖਰਾਬ ਕਰੇ ਹੋਏ ਨੇ। ਅਤੇ ਲਓ ਜੀ, ਪਹੁੰਚ ਗਿਆ ਰੋਪੜ ਅਤੇ ਸੜਕ ਪੂਰੀ ਟੁੱਟੀ ਹੋਈ ਹੈ ਜੀ, ਥਾਂ ਥਾਂ 'ਤੇ ਟੋਏ ਪਏ ਹੋਏ ਨੇ ਅਤੇ ਅੱਗੇ ਇੱਕ ਸੜਕ ਦਾ ਕੰਮ ਚੱਲ ਰਿਹਾ। ਲੈ ਬਾਈ, ਲਓ ਜੀ, ਜੌਂ ਤੇ ਸਾਂਝੀ ਵਧਾਉਣ ਲੱਗੇ ਹਾਂ ਟੋਬੇ 'ਚ। ਮਾਤਾ ਦੀ ਚਲੋ। ਕੈਮਰਾ ਲਓ ਜੀ, ਕੈਮਰਾ ਮੈਂ ਆ ਗਿਆ ਮੇਰੇ ਕੋਲ। ਤੇ ਲਓ ਜੀ, ਚੜ੍ਹ ਗਏ ਆਪਾਂ ਮੇਨ ਰੋਡ ਪਰ। ਵੈਸੇ ਤਾਂ ਉਹ ਸੜਕ ਬੰਦ ਕਰੀ ਹੋਈ ਸੀ ਅਤੇ ਕਿਉਂਕਿ ਸੜਕ ਦਾ ਕੰਮ ਚੱਲ ਰਿਹਾ, ਸੜਕ ਬਹੁਤ ਜ਼ਿਆਦਾ ਟੁੱਟੀ ਹੋਈ ਸੀ ਅਤੇ ਪਿੰਡਾਂ ਵਿੱਚ ਰੀ ਹੋ ਕੇ ਆਏ ਹਾਂ। ਅਤੇ ਆ ਨਾਲ ਦੇ ਪਤੰਦਰ ਸਾਂਝੀ ਮਾਤਾ ਜੌਂ ਜੂੰ ਨਾਲੇ ਚੱਕੀ ਫਿਰਦੇ ਤੇ ਕਹਿੰਦੇ ਜਿੱਥੇ ਟੋਆ ਤਲਾਅ ਮਿਲ ਗਿਆ ਉੱਥੇ ਵਧਾ ਦੇਣੇ ਆਪਾਂ। ਚਲੋ ਪਹੁੰਚ ਰਹੇ ਆਪਾਂ, ਪਹਿਲਾਂ ਗੁਰਦੁਆਰੇ ਜਾਣਾ ਜੀ, ਇਤਿਹਾਸਿਕ ਗੁਰਦੁਆਰਾ। ਅਤੇ ਸੜਕ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਆ, ਚਾਰੇ ਤਰਫ ਹਰਿਆਲੀ ਹਰਿਆਲੀ ਹੈ ਅਤੇ ਮੌਸਮ ਵੀ ਬਹੁਤ ਜ਼ਿਆਦਾ ਵਧੀਆ ਅੱਜ। ਲਓ ਜੀ, ਆਪਾਂ ਪ੍ਰੋਪਰ ਸ਼ਹਿਰ ਦੇ ਅੰਦਰ ਐਂਟਰ ਕਰ ਗਏ ਹਾਂ ਜੀ। ਅਤੇ ਇੱਥੇ ਦਾ ਰਾਮਲੀਲਾ ਗਰਾਊਂਡ ਅਤੇ ਸਾਹਮਣੇ ਲੱਗੀ ਹੋਈ ਹੈ ਸਟੇਜ ਅਤੇ ਸਾਹਮਣੇ ਬਣਾਏ ਹੋਏ ਆ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ, ਜੋ ਕਿ ਬਹੁਤ ਹੀ ਵਧੀਆ ਲੱਗ ਰਹੇ ਨੇ। ਅਤੇ ਤੁਹਾਨੂੰ ਕੋਲ ਜਾ ਕੇ ਦਿਖਾਉਂਦੇ ਇੱਕ ਵਾਰੀ। ਅਤੇ ਰੰਗ ਦੇਖੋ ਜੀ ਇਹਨਾਂ ਵਿੱਚ ਕਿੰਨੇ ਵਧੀਆ ਵਧੀਆ ਭਰੇ ਹੋਏ ਨੇ। ਅਤੇ ਆਪਣੇ ਮਰਿੰਡੇ ਤਾਂ ਇੱਕੋ ਬਣਿਆ ਹੋਇਆ ਬਸ, ਇੱਥੇ ਤਿੰਨ ਤਿੰਨ ਬਣੇ ਹੋਏ ਨੇ। ਅਤੇ ਲਓ ਜੀ, ਅਲਵਿਦਾ ਕਹਿੰਦੇ ਇਹਨਾਂ ਨੂੰ, ਪੁੱਛਣਾ ਪੈਣਾ ਨਾ ਕਿਸੇ ਨੂੰ। ਅਤੇ ਲਓ ਜੀ, ਰੋਪੜ ਤੱਕ ਦਾ ਪਹੁੰਚ ਗਏ ਆਪਾਂ। ਰੋਪੜ ਤੱਕ ਦਾ ਰਸਤਾ ਪਤਾ ਸੀ, ਪਰ ਜਿੱਥੇ ਜਾਣਾ ਜਿਹੜੇ ਗੁਰਦੁਆਰੇ ਉੱਥੇ ਦਾ ਰਸਤਾ ਨਹੀਂ ਪਤਾ। ਅਤੇ ਚੱਲੇ ਹਾਂ ਜੀ ਕਿਸੇ ਨੂੰ ਪੁੱਛਣ ਰਸਤੇ ਬਾਰੇ। ਅਤੇ ਸ਼ਾਇਦ ਕੋਈ ਮੰਦਿਰ ਲੱਗ ਰਿਹਾ, ਇੱਥੇ ਸ਼ਾਇਦ ਅੱਜ ਭੰਡਾਰਾ ਕੋਈ ਦੁਸਹਿਰੇ ਕਰਕੇ। ਅਤੇ ਪੁੱਛਦੇ ਹਾਂ ਕਿਸੇ ਨੂੰ। ਅਤੇ ਪੁੱਛਿਆ ਤਾਂ ਕਾਫੀ ਲੋਕਾਂ ਨੂੰ ਹੈ ਅਤੇ ਕਹਿੰਦੇ ਇੱਥੋਂ 10-15 ਕਿਲੋਮੀਟਰ ਦੂਰ ਹੈ। ਅਤੇ ਮੈਪ ਲਗਾਇਆ, ਹੁਣ ਦੇਖਦੇ ਹਾਂ ਮੈਪ ਕਿੱਥੇ ਲੈ ਕੇ ਜਾਂਦਾ। ਅਤੇ ਲਓ ਜੀ, ਆਖਿਰਕਾਰ ਇੰਨੇ ਧੱਕੇ ਖਾਣ ਤੋਂ ਬਾਅਦ ਰਸਤਾ ਮਿਲੇ ਗਿਆ ਆਪਾਂ ਨੂੰ। ਅਤੇ ਚੜ੍ਹ ਗਏ ਆਪਾਂ ਮੇਨ ਰੋਡ 'ਤੇ। ਅਤੇ ਗੂਗਲ ਮੈਪ ਲਾਇਆ ਸੀ, ਉਹਨੇ ਤਾਂ ਕਿਤੇ ਹੋਰ ਲਿਜਾ ਕੇ ਵਾੜਤਾ ਤਾਂ। ਅਤੇ 10-15 ਕਿਲੋਮੀਟਰ ਫੇਰ ਵਾਪਸ ਆਏ ਮੁੜ ਕੇ ਅਤੇ ਦਿਖਣ ਲੱਗ ਪਈ ਨੇ ਸਾਹਮਣੇ ਪਹਾੜੀਆਂ ਛੋਟੀ ਛੋਟੀਆਂ ਹੀ ਆ ਅਤੇ ਛੇਤੀ ਪਹੁੰਚਣੇ ਵਾਲੇ ਆਪਾਂ। ਲਓ ਜੀ, ਸਾਹਮਣੇ ਦਿਖ ਰਿਹਾ ਗੁਰਦੁਆਰਾ ਸਾਹਿਬ ਅਤੇ ਇੱਧਰ ਛੋਟਾ ਜਿਹਾ ਡੈਮ ਬਣਾਇਆ ਹੋਇਆ। ਅਤੇ ਇੱਧਰ ਇੱਕ ਛੋਟੀ ਜਿਹੀ ਪਾਰਕ ਨਾਲ ਲੱਗਦੀ ਹੈ ਡੈਮ ਦੇ। ਅਤੇ ਇੱਧਰ ਘੁੰਮਣ ਚੱਲੇ ਹਾਂ ਬਸ, ਇਹਦੇ ਬਾਅਦ ਜਾਵਾਂਗੇ। ਉਹ ਦੇਖੋ ਜੀ ਸਾਹਮਣੇ ਗੁਰਦੁਆਰਾ ਦਿਖ ਰਿਹਾ ਹੁਣ ਤੁਹਾਨੂੰ, ਅਤੇ ਇਤਿਹਾਸਿਕ ਗੁਰਦੁਆਰਾ ਬਹੁਤ ਵਧੀਆ, ਟਿੱਬੀ ਸਾਹਿਬ ਹੈ ਗੁਰਦੁਆਰੇ ਦਾ ਨਾਮ। ਪਹਿਲਾਂ ਘੁੰਮ ਲਈਏ ਇੱਥੇ ਅਤੇ ਫਿਰ ਚੱਲਦੇ। ਲਓ ਜੀ, ਥੱਲੇ ਚੱਲੇ ਹਾਂ ਡੈਮ ਦੇਖਣ। ਲੋਕ ਇੱਥੇ ਅੱਜ ਦੁਸਹਿਰੇ ਕਰਕੇ ਜੌਂ ਵੀ ਵਧਾ ਰਹੇ ਨੇ ਪਾਣੀ 'ਚ, ਅਤੇ ਪਾਣੀ ਸਾਫ ਲੱਗ ਰਿਹਾ ਵੈਸੇ ਤਾਂ ਬਹੁਤ ਜ਼ਿਆਦਾ। ਅਤੇ ਪਾਣੀ ਬਹੁਤ ਹੀ ਜ਼ਿਆਦਾ ਠੰਡਾ, ਅਤੇ ਸਾਹਮਣੇ ਦਾ ਵਿਊ ਦੇਖੋ ਜੀ ਕਿੰਨਾ ਵਧੀਆ।
ਜੀ ਇੱਥੇ ਗੁਰਦੁਆਰਾ ਰੋਪੜ ਜੀ ਇਸ ਦਾ ਗੁਰਦੁਆਰੇ ਦਾ ਨਾਮ ਹੈ ਟਿੱਬੀ ਸਾਹਿਬ ਤੇ ਇਤਿਹਾਸਿਕ ਗੁਰਦੁਆਰਾ ਹੈ ਤੇ ਇੱਥੇ ਇਤਿਹਾਸ ਤਾਂ ਜ਼ਿਆਦਾ ਮੈਨੂੰ ਵੀ ਨਹੀਂ ਪਤਾ ਤੇ ਇੱਕ ਕਾਰ ਖੜੀ ਹੈ ਜੋ ਕਿ ਦੱਸਿਆ ਜਾਂਦਾ ਕਿ ਪਾਣੀ ਵਿੱਚ ਚਲਾਈ ਗਈ ਸੀ ਇੱਕ ਸੰਤਾਂ ਦੁਆਰਾ ਤੇ ਤੁਹਾਨੂੰ ਦਿਖਾਵਾਂਗੇ ਤੇ ਉਹ ਕਾਰ ਜੀ ਇੱਧਰ ਖੜੀ ਹੈ ਆਪਣੀ ਉਹ ਦੇਖੋ ਜੀ ਸਾਹਮਣੇ ਅਤੇ ਉਹ ਸਾਹਮਣੇ ਫੜੀਆਂ ਜਾ ਰਹੀਆਂ ਨੇ ਜੀ ਮੱਛੀਆਂ ਪਾਣੀ ਦੇ ਵਿੱਚੋਂ ਅਤੇ ਪੰਜ ਛੇ ਬੰਦੇ ਨੇ ਇਹ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ ਇੱਕ ਵਾਰੀ ਦੇਖੋ ਜੀ ਟਿਊਬ ਦੇ ਉੱਪਰ ਬੈਠਾ ਬੰਦਾ ਅਤੇ ਲੱਤਾਂ ਮਾਰ ਮਾਰ ਕੇ ਇੱਧਰ ਉੱਧਰ ਨੂੰ ਜਾ ਰਿਹਾ ਪਾਣੀ ਵਿੱਚ ਅਤੇ ਪਾਣੀ ਜ਼ਿਆਦਾ ਡੂੰਘਾ ਨਹੀਂ ਹੈ ਇਹ ਕਰੀਬ ਕਰੀਬ 7-8 ਫੁੱਟ ਦੇ ਕਰੀਬ ਹੈ ਪਾਣੀ ਅਤੇ ਛੱਡਿਆ ਵੀ ਬਹੁਤ ਘੱਟ ਹੋਇਆ ਪਾਣੀ ਅਤੇ ਲਓ ਜੀ ਨਿਕਲ ਗਏ ਆਪਾਂ ਵਾਪਿਸ ਆਪਣੇ ਘਰ ਪਰਤਣ ਲਈ ਅਤੇ ਲਈਆਂ ਆਪਾਂ ਨੇ ਮੂੰਗਫਲੀਆਂ ਜਾਂਦੇ ਜਾਂਦੇ ਖਾਵਾਂਗੇ ਹੌਲੀ ਹੌਲੀ ਸੜਕ ਟੁੱਟੀ ਹੋਈ ਹੋਣ ਕਰਕੇ ਸੜਕ ਬਣ ਰਹੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਤੇ ਆਪਾਂ ਆ ਰਹੇ ਹਾਂ ਹੁਣ ਜੀ ਪਿੰਡਾਂ ਦੇ ਵਿੱਚ ਨੂੰ ਅਤੇ ਮੂੰਗਫਲੀਆਂ ਖਾਣ ਨਾਲ ਪਿਆਸ ਵੀ ਬਹੁਤ ਜ਼ਿਆਦਾ ਲੱਗ ਗਈ ਸੀ ਅਤੇ ਰੁਕੇ ਇੱਕ ਮੋਟਰ 'ਤੇ ਹੀ ਅਤੇ ਪਾਣੀ ਪੀ ਕੇ ਫਿਰ ਰਵਾਨਾ ਹੋਵਾਂਗੇ ਪਹੁੰਚੀ ਹਾਂ ਆਪਾਂ ਆਪਣੇ ਸ਼ਹਿਰ ਮੋਰਿੰਡਾ ਵਿੱਚ ਅਤੇ ਅੱਜ ਦੁਸ਼ਹਿਰਾ ਹੋਣ ਕਰਕੇ ਆਪਣੇ ਇੱਥੇ ਮੇਲਾ ਭਰਦਾ ਬਹੁਤ ਬੜਾ ਅਤੇ ਜੋ ਲਾਗ ਪਾਸ ਦੇ ਪਿੰਡ ਹੈ ਉਹ ਵੀ ਇੱਥੇ ਹੀ ਆਉਂਦੇ ਨੇ ਮੇਲਾ ਦੇਖਣ ਇਹ ਆਪਣਾ ਜੀ ਦੁਸ਼ਹਿਰਾ ਗਰਾਊਂਡ ਰਾਮਲੀਲਾ ਗਰਾਊਂਡ ਕਹਿ ਲਓ ਜਾਂ ਦੁਸ਼ਹਿਰਾ ਗਰਾਊਂਡ ਕਹਿ ਲਓ ਅਤੇ ਸਾਹਮਣੇ ਚੱਲ ਰਹੀ ਹੈ ਜੀ ਕਬੱਡੀ ਅਤੇ ਸ਼ਾਮ ਨੂੰ ਰਾਵਣ ਫੁੱਕਿਆ ਜਾਵੇਗਾ ਇੱਥੇ ਅਤੇ ਆਪਾਂ ਲੈਣ ਚੱਲੇ ਹਾਂ ਜੀ ਹੁਣ ਉਹ ਸਾਹਮਣੇ ਝੂੰਟੇ ਅਤੇ ਦੇਖਦੇ ਕਿੰਨੇ ਕੁ ਰੁਪਏ ਦੀ ਟਿਕਟ ਹੈ ਉਹ ਸਾਹਮਣੇ ਨਾਲ ਲੈਂਦੇ ਹਾਂ ਪਹਿਲਾਂ ਉੱਪਰ ਜੋ ਵੱਡਾ ਦਿਖ ਰਿਹਾ ਲਓ ਜੀ ਖੜ ਗਏ ਆਪਾਂ ਟਿਕਟ ਕਾਊਂਟਰ ਪਾ ਲਿਖਿਆ ਹੋਇਆ ਜਿਹਦੇ ਵਿੱਚ ਸਵਾਰ ਸਾਰੀ ਦੁਨੀਆ ਬਾਬਾ ਨਾਨਕ ਚਲਾਉਂਦਾ ਜਹਾਜ਼ ਨੂੰ ਅਤੇ ਲਓ ਜੀ ਬਹਿ ਗਏ ਹਾਂ ਵਿੱਚ ਆਪਾਂ ਅਤੇ ਉੱਪਰ ਦਾ ਵਿਊ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਅਤੇ ਲਓ ਜੀ ਹੁਣ ਚੜ੍ਹਨ ਲੱਗੇ ਆਪਾਂ ਕਿਸ਼ਤੀ ਦੇ ਵਿੱਚ ਅਤੇ ਇਹਦੇ 'ਚ ਵੀ ਬਹੁਤ ਨਜ਼ਾਰਾ ਆਊਗਾ ਸਭ ਤੋਂ ਉੱਪਰ ਬਹਿ ਗਏ ਜੀ ਆਪਾਂ ਦੇਖੋ ਜੀ ਮੁੰਡਾ ਕਿੱਥੇ ਖੜ੍ਹਾ ਅਤੇ ਲਓ ਜੀ ਹੋ ਗਈ ਹੈ ਸ਼ਾਮ ਅਤੇ ਲੋਕ ਦੇਖੋ ਤੁਸੀਂ ਪਹਿਲਾਂ ਕਿੰਨੀ ਜ਼ਿਆਦਾ ਸੰਖਿਆ ਵਿੱਚ ਆਏ ਹੋਏ ਨੇ ਇੱਥੇ ਅਤੇ ਛੱਤਾਂ ਦੇ ਉੱਪਰੋਂ ਲੈ ਕੇ ਨੀਚੇ ਸਾਰਾ ਗਰਾਊਂਡ ਭਰਿਆ ਹੋਇਆ ਅਤੇ ਇੱਧਰ ਚੱਲ ਰਹੇ ਨੇ ਪਹਿਲਾਂ ਪਟਾਕੇ ਪਟੂਕੇ ਚਲਾਏ ਜਾ ਰਹੇ ਨੇ ਅਤੇ ਉੱਤੇ ਬਾਅਦ ਰਾਵਣ ਫੁੱਕਿਆ ਜਾਵੇਗਾ ਅਤੇ ਉੱਪਰ ਦੇਖੋ ਜੀ ਇਹ ਪੈਰਾਸ਼ੂਟ ਜੇ ਛੱਡੇ ਜਾ ਰਹੇ ਨੇ ਅਤੇ ਇਹਤੇ ਬਾਅਦ ਰਾਵਣ ਨੂੰ ਅੱਗ ਲਾਈ ਜਾਵੇਗੀ ਛੇਤੀ ਉਹ ਅਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੀ ਵਧੀਆ ਜਿਹੀ ਵੀਡੀਓ ਵਿੱਚ